بسم اللہ الرحمن الرحیم تمام دوست میرے بھائی میرے چانے والے سب دوستوں میری طرف سے السلام علیکم امید ہے کہ سب دوست خیریت میں ہوں گے تو بھائی میرے اج میں اپنے دوستوں واسطے نا بڑا پیارا روٹ بہت ہی پیارا سیٹ لگا ہے خلا جڑا میں اپنے دوستاں نال شیئر کرنا ہے تے میں کافی دفعہ اپنے گو دوستاں نو ریکویسٹ بھی کیتی ہے تے اس ویڈیو تو بعد میرے دوستاں نو اور ریکویسٹ دی سمجھ آ جاوے گی ਕਿ ਸਾਡਾ ਬਾਈ ਸਾਡਾ ਵੀਰ ਫਾਲੋ ਯਾ ਸਬਸਕ੍ਰਾਈਬਰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਤੇ ਪੇਜ ਨੂੰ ਫਾਲੋ ਕਰ ਲਓ ਇਹ ਕਿਉਂ ਬਾਰ ਬਾਰ ਕਹਿੰਦਾ ਸੀ ਇਹ ਮੇਰੇ ਦੋਸਤਾਂ ਨੂੰ ਇਲਮ ਹੋ ਜਾਵੇਗਾ ਕਿਉਂਕਿ ਇਹ ਵੀਡੀਓ ਯਾ ਜਾਣੀ ਹੈ ਤੇ 2 ਘੰਟੇ ਬਾਅਦ ਹਾਰਡ ਹੋ ਜਾਣੀ ਹੈ ਜੇਕਰ ਮੇਰੇ ਦੋਸਤਾਂ ਨੇ ਪਹਿਲੇ ਫਾਲੋ ਜਿਨਾ ਕੀਤਾ ਹੋਇਆ ਨਾ ਸਿਰਫ ਉਹਨਾਂ ਬੰਦਿਆਂ ਨੇ ਉਹਨਾਂ ਦੋਸਤਾਂ ਨੇ ਗੇਮ ਖੇਲਣੀ ਬਕਾਇਆ ਜਿਨ੍ਹਾਂ ਬਲੇ ਲੇਟ ਪਹੁੰਚੇਗੀ ਨਾ ਉਹਨਾਂ ਬੰਦਿਆਂ ਨੂੰ ਗੇਮ ਬਾਅਦ ਤੇ ਨਹੀਂ ਮਿਲਣੀ ਕਿਉਂਕਿ ਹਾਰਡ ਹੋ ਜਾਣੀ ਹੈ ਇਸ ਵਜ੍ਹਾ ਤੋਂ ਮੈਂ ਲਾਸਟ ਦੇਨ ਵੀਡੀਓ ਲਾਈ ਹੈ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਚਾਹਨਾ ਤੇ ਵੀਡੀਓ ਤਵੱਜੋ ਨਾਲ ਦੇਖਣੀ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਮਜ਼ਾ ਆਵੇਗਾ ਇੱਕ ਕੁਇਟਾ ਸ਼ਹਿਰ ਵਾਸਤੇ ਨਾ ਕੁਇਟਾ ਸ਼ਹਿਰ ਵਾਸਤੇ 200 ਬੌਂਡ 15 ਤਰੀਕ ਛੀਵਾ ਮਿਨਾ ਸੰ 2023 ਇਹ ਲਿੰਕ ਹੈ ਇਹ ਕੋਕਲੋਜ਼ ਇਕੋ ਸੈਂਟਰ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੈ ਔਰ ਰੂਟੀਨ ਵੇਖਦੇ ਨਾ ਮੈਨੂੰ ਇਹਦੀ ਦਾਤ ਜ਼ਰੂਰ ਮੇਰੇ ਦੋਸਤਾਂ ਮੇਰੇ ਵੀਰਿਆਂ ਨੇ ਦੇਣੀ ਹੈ ਮੈਨੂੰ ਦੱਸਣਾ ਹੈ ਕਿ ਮੇਰੇ ਦੋਸਤਾਂ ਨੂੰ ਮੇਰੀ ਮਿਹਨਤ ਕਿਸ ਤਰ੍ਹਾਂ ਲੱਗੀ ਹੈ ਪਸੰਦ ਆਈ ਹੈ ਕਿ ਨਹੀਂ ਆਈ ਇਹ ਮੈਨੂੰ ਕਮੈਂਟ ਕਰਕੇ ਲਾਈਕ ਕਰਕੇ ਫਾਲੋ ਕਰਕੇ ਮੇਰੇ ਦੋਸਤਾਂ ਮੈਨੂੰ ਦੱਸਣੇ ਐ ਭਾਈ ਮੇਰੇ 200 ਬਾਂਡ ਦੇ ਵਿੱਚ ਆਪਾਂ ਡਰਾਪ ਲੈ ਕਰਨਾ ਹੈ ਕੋਟਾ ਸ਼ਹਿਰ ਦਾ ਡਰਾ ਹੈ ਇਹ ਕੋਟਾ ਸ਼ਹਿਰ ਦਾ ਤਾਂ ਅੱਜ ਮੈਂ ਆਪਣੇ ਦੋਸਤਾਂ ਨੂੰ ਉਹ ਸੈੱਟ ਵਖਾਣ ਲੱਗਾ ਜਿਹੜੇ ਸੈੱਟ ਦੀ ਮੈਂ ਇੱਕ ਸਾਲ ਵੇਟ ਕੀਤਾ ਹੈ ਇੱਕ ਸਾਲ ਵੇਟ ਕੀਤਾ ਹੈ ਕਿ ਜਦੋਂ ਦੂਸਰੀ ਪੱਟੀ ਤੇ ਆਵੇਗਾ ਨਾ 4893 ਦੀ ਸਿੰਗਲ ਪੀਸੀ ਮੈਂ ਦਿੱਤੀ ਸੀ ਆਪਣੇ ਸੌਰੀ ਭਾਈ 6 ਅਕੜੇ ਇਹ ਸਿੰਗਲ ਬੈਕ ਦਿੱਤੀ ਸੀ ਇੱਥੇ ਆਪਣੇ ਦੋਸਤਾਂ ਵਾਸਤੇ 4893 ਦੀ ਮੇਰੇ ਦੋਸਤਾਂ ਨੂੰ ਪਤਾ ਹੈ ਜਿਨ੍ਹਾਂ ਨੇ ਪੀ ਐਫ ਪ੍ਰਾਈਜ਼ ਬਾਂਡ ਮੇਰਾ ਚੈਨਲ YouTube ਚੈਨਲ ਹੈਗਾ ਸੀ ਉਹਦੇ ਤੇ ਮੇਰੇ ਦੋਸਤਾਂ ਕਾਫੀ ਦੋਸਤ ਮੇਰੇ ਜਿਹੜੇ ਅਗੇਨਾ ਸਪੋਰਟਰ ਉਹਨਾਂ ਨੇ ਇਹ ਵੀਡੀਓ ਵੇਖੀ ਹੋਈ ਏ ਤੇ ਉਹੀ ਸੈੱਟ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਿਆ ਤਵੱਜੂ ਨਾਲ ਵੀਡੀਓ ਵੇਖਣੀ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਐ ਭਾਈ ਮੇਰੇ 59 ਪਹਿਲੀ ਦਫਾ ਲੱਗਿਆ ਜੇ 200 ਬਾਂਡ ਚ ਮਿਡਲ ਆਕੜਾ 59 ਓਪਨ ਕੱਟ ਕੇ ਫਿਰ ਆ ਕੇ ਮਿਡਲ ਆਕੜਾ 59 ਦਾ ਇਹ ਲੱਗਿਆ ਜੇ ਓਪਨ ਕੱਟ ਕੇ ਫਿਰ ਆ ਤੇ ਮਿਡਲ ਆਕੜਾ 59 ਇਹ ਲੱਗਿਆ ਓਪਨ ਕੱਟ ਕੇ ਅੱਜ ਇਹ ਓਪਨ ਕੱਟ ਕੇ ਮਿਡਲ ਆਕੜਾ 59 ਲੱਗ ਚੁਕਿਆ ਸੀ ਇਥੋਂ ਮੈਂ ਸੈਟ ਪੂਰਾ ਮੈਂ ਆਪਣੇ ਦੋਸਤਾਂ ਨੂੰ ਸਮਝਾਣਾ ਇਹ ਲੱਗਿਆ ਪਹਿਲੀ ਦਫਾ ਭਾਈ ਮੇਰੇ ਆਪਾਂ ਇਹਦੇ ਥੱਲੇ ਵਾਲਾ ਬ੍ਰੋਕਰ ਆਕੜਾ ਲੈਣਾ ਹੈ ਇਹ ਬ੍ਰੋਕਰ ਆਕੜਾ ਇੱਥੇ ਸਿਰਫ ਇਹਨੇ ਸੈਂਟਰ ਲਾਇਆ ਸੀ ਮੈਂ ਆਪਣੇ ਦੋਸਤਾਂ ਨਾਲ ਰੂਟੀਨ ਸ਼ੇਅਰ ਕੀਤੀ ਹੋਈ ਏ ਪਹਿਲੇ ਵੀ ਕੀਤੀ ਹੋਈ ਏ ਇੱਥੇ ਨੇ ਕੱਲਾ ਸੈਂਟਰ ਲਾਇਆ ਇਸ ਤੋਂ ਬਾਅਦ ਭਾਈ ਮੇਰੇ ਇਹ ਉਨਾਂਠ ਲੱਗਿਆ ਇਹਨੇ ਬ੍ਰੋਕਰ ਆਕੜਾ ਪੁੱਠਾ ਕਰਕੇ ਨਾ ਉਲਟ ਕਰਕੇ 82 ਇਹ 28 ਸੀ ਬ੍ਰੋਕਰ ਆਕੜਾ ਇਹਨੇ 28 ਦਾ ਬੈਕ ਆਕੜਾ ਲਾ ਦਿੱਤਾ ਇਹ ਮੈਂ ਆਪਣੇ ਦੋਸਤਾਂ ਨਾਲ ਵੀਡੀਓ ਪਹਿਲੇ ਸ਼ੇਅਰ ਕੀਤੀ ਹੋਈ ਏ ਉਹਨਾਂ ਨੂੰ ਪਤਾ ਹੈ ਇਹ 98 ਲੱਗਿਆ ਭਾਈ ਮੇਰੇ ਉੱਤੇ ਇਹ 69 ਸੀ ਇਹ ਉਲਟ ਕੇ ਇੱਥੇ 96 ਬਣ ਕੇ ਲੱਗਣਾ ਸੀ ਪਹਿਲੇ ਭਾਈ ਮੇਰੇ 82 82 ਲੱਗਿਆ ਥੱਲੇ ਫਿਰ ਆ ਕੇ ਇਹ 69 96 ਲੱਗਿਆ ਇੱਥੇ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਸੀ ਕਿ ਇਹ 98 ਲੱਗੀ ਏ ਤੇ ਬ੍ਰੋਕਰ ਆਕੜਾ ਇਹਦਾ ਹੈਗਾ 39 ਦਾ ਇਹਨੇ ਪਲਟ ਕੇ ਇੱਥੇ 93 ਦਾ ਆਕੜਾ ਬੈਕ ਲਾਣਾ ਹੈ ਔਰ ਮੇਰੇ ਕਾਫੀ ਦੋਸਤਾਂ ਨੇ ਨਾਮ ਉਠਾਇਆ ਸੀ ਅੱਜ ਆਪਾਂ ਇਹਦੀ ਸੇਮ ਪੱਟੀ ਤੇ ਡਰਾ ਕਰਨੇ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਇਹ ਜਦੋਂ ਨਾਠ ਲੱਗਿਆ ਇੰਨੇ ਇਥੇ ਪਲਟਕੇ ਲੱਗਣਾ ਸੀ ਲੇਕਿਨ ਇਥੇ ਸੈਂਟਰ ਕੱਲਾ ਲੱਗਿਆ ਮੈਂ ਪਹਿਲੇ ਆਪਣੇ ਦੋਸਤਾਂ ਨੂੰ ਦੱਸ ਦਵਾ ਇਹ ਜਦੋਂ ਇਹਨੇ ਸੈਂਟਰ ਲਾ ਦਿੱਤਾ ਨਾ ਇਹਦੀ ਆਪਾਂ ਸੇਮ ਪੱਟੀ ਤੇ ਡਰਾ ਕਰਨਾ ਸੀ ਤੇ ਜਿਹੜਾ ਉੱਤੇ ক্লোਜ਼ ਪਿਆ ਨਾ ਇਸੇ ক্লোਜ਼ ਨਹੀਂ ਥੱਲੇ ਰਿਪੀਟ ਹੋਣਾ ਸੀ ਇਹ ਭਾਈ ਮੇਰੇ ਇਹਦੀ ਸੇਮ ਪੱਟੀ ਏ ਮੈਂ ਦੋਸਤਾਂ ਨੂੰ ਨਿਸ਼ਾਨੀ ਲਾ ਦਵਾ ਕਿ ਮੇਰੇ ਦੋਸਤਾਂ ਨੂੰ ਨਜ਼ਰ ਚ ਗੱਲ ਰਵੇ ਕਿ ਇਹ ਉਤਲਾ ਕਲੋਜ਼ ਹੀ ਥੱਲੇ ਆਣਾ ਸੀ ਇਹ ਕਲੋਜ਼ ਨਹੀਂ ਥੱਲੇ ਲੱਗਣਾ ਸੀ ਭਾਈ ਮੇਰੇ ਜਦੋਂ ਇਹ ਸੈੱਟ ਕਲੀਅਰ ਕਰ ਗਿਆ ਨਾ ਤੇ ਇਹਦੀ ਸੇਮ ਪੱਟੀ ਤੇ ਇਹ 45 ਵਾਲਾ ਡਰਾਪ ਆਖੇ ਨਾ ਸੀ ਉਤਲਾ ਕਲੋਜ਼ ਹੀ ਥੱਲੇ ਲੱਗਣਾ ਸੀ ਇਹ ਭਾਈ ਮੇਰੇ ਪਲੇ ਹੋ ਗਿਆ ਪੰਜ ਦਾ ਕਲੋਜ਼ ਫਿਰ ਆ ਕੇ ਜਦੋਂ ਇਹ ਸੈੱਟ ਲੱਗਿਆ ਉਹਨਾਂ ਇਹ ਲੱਗਿਆ 59 ਭਾਈ ਮੇਰੇ S28 ਪਲਟ ਕੇ ਇੱਥੇ ਲੱਗਣਾ ਸੀ ਇਹ ਦੂਸਰੀ ਪੱਟੀ ਆਪਾਂ ਅਗਲੇ ਸਾਲ ਦੀ ਦੂਸਰੀ ਪੱਟੀ ਤੇ ਡਰਾ ਕਰਨਾ ਸੀ ਉਤਲਾ ਕਲੋਜ਼ ਹੀ ਥੱਲੇ ਲੱਗਣਾ ਸੀ ਭਾਈ ਐਸ ক্লোਜ਼ ਨਹੀਂ ਥੱਲੇ ਲੱਗਣਾ ਸੀ ਇਹ 12 ਦਾ ਅਕੜਾ 12 ਤੋਂ 12 ਪੂਰਾ ਅਕੜਾ ਹੀ ਲੱਗ ਗਿਆ ਇਹ ਆਪਣੀ ਗੱਲ ਸਿਰਫ ਖਾਲੀ ক্লোਜ਼ ਦੀ ਏ ਇਹ 2 ਦਾ ক্লোਜ਼ ਥੱਲੇ 2 ਦਾ ক্লোਜ਼ ਹੀ ਲੱਗਣਾ ਸੀ ਫਿਰ ਆ ਕੇ ਭਾਈ ਮੇਰੇ ਇਹ 98 ਲੱਗਿਆ ਇਹ 69 ਇੱਥੇ ਪਲਟ ਕੇ 96 ਹੋਇਆ ਇਹਨਾਂ ਦੀ ਆਪਾਂ ਸੇਮ ਪੱਟੀ ਇਹ ਪਹਿਲੀ ਪੱਟੀ ਆਪਾਂ ਅਗਲੇ ਸਾਲ ਦੀ ਪਹਿਲੀ ਪੱਟੀ ਤੇ ਡਰਾ ਕਰਨਾ ਸੀ ਉਤਲਾ ক্লোਜ਼ ਹੀ ਇੱਥੇ ਰਿਪੀਟ ਹੋਣਾ ਸੀ ਇਹ ਭਾਈ ਮੇਰੇ 81 ਲੱਗੀ ਸੀ ਥੱਲੇ 41 ਲੱਗੀ ক্লোਜ਼ ਤੋਂ ক্লোਜ਼ ਰਿਪੀਟ ਹੋ ਗਿਆ ਅੱਜ ਭਾਈ ਮੇਰੇ ਇਹ 59 ਲੱਗ ਗਿਆ ਇਹ 39 93 ਹੋ ਗਈ ਇਹਦੀ ਆਪਾਂ ਸੇਮ ਪੱਟੀ ਤੇ ਡਰਾ ਕਰਨਾ ਹੈ ਕਹਿੰਦਾ ਸਿੰਗਲ ਜ਼ੀਰੋ ਦਾ ক্লোਜ਼ ਇੱਥੇ ਰਿਪੀਟ ਕਰੋ ਇਹ ਭਾਈ ਮੇਰੇ 5 ਤੋਂ 5 ਰਿਪੀਟ ਹੋਇਆ ক্লোਜ਼ ਫਿਰ ਆ ਕੇ ਭਾਈ ਮੇਰੇ ਇਹ 2 ਤੋਂ 2 ক্লোਜ਼ ਰਿਪੀਟ ਹੋਇਆ ਫਿਰ ਆ 1 ਤੋਂ 1 ক্লোਜ਼ ਰਿਪੀਟ ਹੋਇਆ ਅੱਜ ਕਹਿੰਦਾ ਕਿ ਇਹ ਜ਼ੀਰੋ ਤੋਂ ਜ਼ੀਰੋ ਇੱਥੇ ਰਿਪੀਟ ਹੋਵੇ ਮੈਂ ਆਪਣੇ ਦੋਸਤਾਂ ਨਾਲ ਨਾ ਅੱਛਾ ਸੈੱਟ ਅੱਛੀ ਸਰਚ ਅੱਛੀ ਮਿਹਨਤ ਇੱਕ ਸਾਲ ਵੇਟ ਕਰਕੇ ਭਾਈ ਮੇਰੇ ਇਹ ਡਰਾ ਹੈ ਜਿਹੜਾ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਨਾ ਸ਼ੇਅਰ ਕਰ ਰਿਹਾ ਐ ਸਿੰਗਲ ਜ਼ੀਰੋ ਦਾ ਆਪਣੇ ਕੋਲੇ ਕਲੋਜ਼ ਹੈ ਹੁਣ ਸੈੱਟ ਸਮਝ ਲੈ ਮੇਰੇ ਦੋਸਤਾਂ ਨੇ ਜਦੋਂ ਭਾਈ ਮੇਰੇ ਦੀ ਸੇਮ ਡੇਟ ਦੇਖਣਾ ਸੀ ਕਲੋਜ਼ ਤੋਂ ਕਲੋਜ਼ ਰਿਪੀਟ ਹੋਣਾ ਸੀ ਤੇ ਇਹ ਜਿਹੜਾ ਕਲੋਜ਼ ਰਿਪੀਟ ਹੋਣਾ ਸੀ ਨਾ ਇਹਦਾ ਚੌਥਾ ਫਿੰਗਰ ਸੈਂਟਰ ਹੀ ਲੱਗਣਾ ਸੀ ਚੌਥਾ ਫਿੰਗਰ ਸਿੰਗਲ ਸੈਂਟਰ ਸੀ ਭਾਈ ਮੇਰੇ ਇਹ ਚੌਥਾ ਫਿੰਗਰ ਸਿੰਗਲ ਸੈਂਟਰ ਸੀ ਤੇ ਇਹ ਕਲੋਜ਼ ਨੇ ਰਿਪੀਟ ਹੋਣਾ ਸੀ ਕੱਲਾ 53 ਦਾ ਮਿਡਲ ਆਕੜਾ ਸੀ ਤੇ ਇਹਨੇ ਇਹ ਪਲੇ ਕਰਤਾ ਫਿਰ ਆ ਕੇ ਭਾਈ ਮੇਰੇ ਇਹ ਦੋ ਤੋਂ ਦੋ ਰਿਪੀਟ ਹੋਣਾ ਸੀ ਤੇ ਇਹਦਾ ਜਿਹੜਾ ਉਤਲੇ ਦੋ ਦਾ ਚੌਥਾ ਫਿੰਗਰ ਹੈ ਨਾ ਇਹਨੇ ਸੈਂਟਰ ਵੀ ਲੱਗਣਾ ਸੀ ਇਹ ਭਾਈ ਮੇਰੇ ਸੈਂਟਰ ਵੀ ਲੱਗਿਆ ਫਿਰ ਆ ਕੇ ਭਾਈ ਮੇਰੇ ਸੈੱਟ ਲੱਗਿਆ ਐਸ ক্লোਜ਼ ਨੇ ਰਿਪੀਟ ਹੋਣਾ ਸੀ ਤੇ ਇਹਦਾ ਚੌਥਾ ਫਿੰਗਰ 9 ਸੀ 9 ਨੇ ਸੈਂਟਰ ਵੀ ਲੱਗਣਾ ਸੀ ক্লোਜ਼ ਦੇ ਨਾਲ ਐ ਭਾਈ ਮੇਰੇ 9 ਦਾ ਸੈਂਟਰ ਵੀ ਰਿਪੀਟ ਹੋ ਗਿਆ ਅੱਜ ਭਾਈ ਮੇਰੇ ਇਹ ਇਹਦਾ ਚੌਥਾ ਫਿੰਗਰ ਪਿਆ 2 ਦਾ ਕਹਿੰਦਾ ਇਸ ਕੱਲਾ ਸੈਂਟਰ ਲਾਓ 0 ਦਾ ਕੱਲਾ ক্লোਜ਼ ਲਾਓ ਤੇ ਮਿਡਲ ਆਕੜਾ 0 2 ਦਾ ਪਲੇ ਕਰੋ ਰੂਟੀਨ ਦੇ ਮੁਤਾਬਕ ਜੋ ਚੀਜ਼ ਨਿਕਲ ਰਹੀ ਨਾ ਮੈਂ ਉਹੀ ਚੀਜ਼ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਰਿਹਾ ਐ ਭਾਈ ਮੇਰੇ ਕੱਲਾ 2 ਦਾ ਸੈਂਟਰ ਕੱਲਾ 0 ਦਾ ਕਲੋਜ਼ ਹੁਣ ਮੈਂ ਆਪਣੇ ਦੋਸਤਾਂ ਨਾਲ ਲਿੰਕ ਸ਼ੇਅਰ ਕਰਨਾ ਲਿੰਕ ਓਪਨ ਹੀ ਲੱਗੇਗਾ ਜਦੋਂ ਇਹ ਸੈੱਟ ਤੋਂ ਲਿੰਕ ਲਿੰਕ ਲੱਗ ਰਿਹਾ ਹੈ ਐਸ ਸੈੱਟ ਤੋਂ ਲਿੰਕ ਲੱਗ ਰਿਹਾ ਹੈ ਤੇ ਫਿਰ ਸਾਫ ਜ਼ਾਹਰ ਹੈ ਕਿ ਉਹ ਓਪਨ ਹੀ ਲੱਗੇਗਾ ਇਹ 9 ਸੀ ਭਾਈ 9 4 ਤੋਂ ਬਗੈਰ ਇੱਥੇ ਡ੍ਰਾਪ ਲੈਣੀ ਹੋਣਾ ਸੀ ਇਹ 45 ਦਾ ਅਕੜਾ ਲੱਗਿਆ ਐਸ ਕਲੋਜ਼ ਨੇ ਥੱਲੇ ਕਲੋਜ਼ ਲੱਗਣਾ ਸੀ ਇਹ ਚੌਥੇ ਫਿੰਗਰ ਨੇ ਸੈਂਟਰ ਲੱਗਣਾ ਸੀ ਐ 4 9 ਤੋਂ ਬਗੈਰ ਡਰਾ ਨਹੀਂ ਇਹਨੇ 45 3 ਦਾ ਪੈਕੇਟ ਲਾ ਦਿੱਤਾ ਆਪਣੇ ਕੋਲੇ ਮਿਡਲ ਕੱਲੀ 57 ਦੀ ਸੀ ਇਹਨੇ 45 3 ਦਾ ਪੂਰਾ ਪੈਕੇਟ ਲਾ ਦਿੱਤਾ ਫਿਰ ਆ ਕੇ ਭਾਈ ਮੇਰੇ ਐ 12 ਤੋਂ 12 2 ਤੋਂ 2 ক্লোਜ਼ ਰਿਪੀਟ ਹੋਣਾ ਸੀ ਐਸ 4 ਨੇ ਇੱਥੇ ਸੈਂਟਰ ਲੱਗਣਾ ਸੀ ਉੱਤੇ ਭਾਈ ਮੇਰੇ ਐ ਚੌਥਾ ਫਿੰਗਰ ਪਿਆ ਸੀ ਜਿਹੜੀ ਬੈਕ ਪਲਟਨੀ ਸੀ ਇਹਦਾ ਚੌਥਾ ਫਿੰਗਰ 2 ਸੀ 2 7 ਤੋਂ ਬਗੈਰ ਵੀ ਥੱਲੇ ਡਰਾਪ ਲੈ ਨਹੀਂ ਹੋਣਾ ਸੀ ਔਰ ਟੈਲੀ ਹੋ ਗਿਆ ਕਲੋਸ ਤੋਂ ਕਲੋਸ ਰਿਪੀਟ ਹੋ ਰਹੀ ਸੀ ਇਟੈਲੀ ਹੋ ਗਿਆ ਭਾਈ ਮੇਰੇ ਤੇ ਇਹ ਚੌਥਾ ਫਿੰਗਰ ਇੱਥੇ ਲੱਗਣਾ ਸੀ ਤੇ ਇਹ ਮਿਡਲ 24 ਦੀ ਲਗਣੀ ਸੀ ਤੇ ਅੱਗੇ ਓਪਨ ਇੱਕ ਦਾ ਲੱਗ ਤੇ ਤੇ 12 4 ਦੀ ਪੈਕੇਟ ਨੇ ਪਲੇ ਕਰਤੀ ਦੂਸਰੀ ਦਫਾ ਫਿਰ ਭਾਈ ਮੇਰੇ ਤੀਸਰੇ ਹੱਥ ਤੇ ਇਹ ਜੁਦਿਆਂ ਦੀ ਸੇਮ ਡੇਟ ਤੇ ਪਰ ਡਰਾ ਕਰਨਾ ਸੀ ਐਸ ਕਲੋਸ ਤੋਂ ਕਲੋਸ ਲੱਗਣਾ ਸੀ ਇਹ ਚੌਥੇ ਫਿੰਗਰ ਨੇ ਇੱਥੇ ਲੱਗਣਾ ਸੀ ਐ ਉੱਤੇ ਜਾਵਾਂਗੇ ਤੇ 6 ਦਾ ਫਿੰਗਰ ਸੀ ਇੱਕ 6 ਤੋਂ ਬਗੈਰ ਵੀ ਇੱਥੇ ਡਰਾਪ ਲੈ ਨਹੀਂ ਹੋਣਾ ਸੀ ਇੱਕ ক্লোਜ਼ ਨਾਲ ਹੀ ਟੈਲੀ ਹੋਇਆ ਤੇ ਇੱਥੇ ক্লোਜ਼ ਹੀ ਲੱਗਿਆ ਪਹਿਲੇ ਓਪਨ ਨਾਲ ਟੈਲੀ ਹੋਇਆ ਤਾਂ ਓਪਨ ਹੀ ਲੱਗਿਆ ਅੱਜ ਭਈ ਮੇਰੇ ਇਹ 98 ਲੱਗ ਚੁਕੀ ਏ ਐਪ ਬ੍ਰੋਕਰ ਆਕੜਾ ਇੱਥੇ 93 ਲੱਗ ਚੁਕਿਆ ਪੈਂਦੀ ਸੇਮ ਡੇਟ ਤੇ ਖੇਡਣਾ ਕਹਿੰਦਾ ਚੌਥਾ ਫਿੰਗਰ ਸੈਂਟਰ ਲਾਓ ক্লোਜ਼ ਤੋਂ ক্লোਜ਼ ਰਿਪੀਟ ਹੋਵੇਗਾ ਇਹਦਾ ਚੌਥਾ ਫਿੰਗਰ 93 ਦਾ 3 3 8 ਦਾ ਇੱਥੇ ਲਿੰਕ ਪਲੇ ਕਰੋ ਆਪਣੇ ਕੋਲੇ ক্লোজ ਤੇ ক্লোজ ਰਿਪੀਟ ਹੋਣਾ ਹੈ ਕਿ ਇਹ ਲਿੰਕ ਓਪਨ ਹੀ ਲੱਗੇਗਾ ਨਾ ਤੇ 38 ਦਾ ਐ ਭਾਈ ਮੇਰੇ 38 ਦਾ ਆਪਣੇ ਕੋਲੇ ਲਿੰਕ ਹੈ 38 ਦਾ ਆਪਣੇ ਕੋਲੇ ਲਿੰਕ ਹੈ ਭਾਈ ਮੇਰੇ ਐ ਆਪਣੇ ਕੋਲੇ ক্লোজ ਹੈ ਐ ਸੈਂਟਰ ਹੈ ਤੇ ਲਿੰਕ ਵੀ ਲੱਗਨੇ ਨੇ ਤੇ ਫਿਰ ਲਿੰਕ ਆਪਾਂ ਓਪਨ ਹੀ ਲਾਵਾਂਗੇ ਨਾ ਭਾਈ ਜਦੋਂ ਆਪਣੇ ਕੋਲੇ ক্লোজ 0 ਦਾ 2 ਦਾ ਸੈਂਟਰ ਹੈ ক্লোজ 0 ਦਾ ਤੇ ਇਹ 38 ਨੇ ਵੀ ਆਕੜੇ ਦੇ ਵਿੱਚ ਲੱਗਨੇ ਔਰ ਜਿਹੜਾ ਹੁਣ ਤੱਕ ਲੱਗ ਰਿਹਾ ਤੇ ਮੈਂ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਨਜ਼ਰ ਕਰ ਦਿੱਤੀ ਇਹ ਇਹ ਰੂਟੀਨ ਤੇ ਕਿਹੜੇ ਦੋਸਤ ਜਲਦੀ ਵੀਡੀਓ ਵੇਖ ਲਵਣਗੇ ਉਹਨਾਂ ਨੂੰ ਹੀ ਇਹ ਮਿਲੇਗੀ ਜਿਹੜੇ ਦੋਸਤ ਲੇਟ ਵੀਡੀਓ ਵੇਖਣਗੇ ਉਹਨਾਂ ਨੂੰ ਇਹ ਚੀਜ਼ ਹਾਰਡ ਹੋ ਜਾਵੇਗੀ ਇਹ ਨਹੀਂ ਮਿਲੇਗੀ ਮੈਂ ਆਪਣੇ ਦੋਸਤਾਂ ਨਾਲ ਇਸ ਵਜ੍ਹਾ ਤੋਂ ਆਪਣੇ ਦੋਸਤਾਂ ਨੂੰ ਬਾਰ-ਬਾਰ ਫਾਲੋ ਦੇ ਬਾਰੇ ਕਿਹਾ ਹੋਇਆ ਕਿ ਯਾਰ ਫਾਲੋ ਕਰ ਲਓ ਤਾਂ ਕਿ ਸਾਡੀ ਜਿਹੜੀ ਵੀਡੀਓ ਆਵੇ ਨਾ ਮੇਰੇ ਦੋਸਤਾਂ ਤੱਕ ਜਲਦੀ ਪਹੁੰਚੇ ਅਤੇ ਜੋ ਚੀਜ਼ ਅੱਛੀ ਪਸੰਦ ਆ ਜਾਵੇ ਉਹਨੂੰ ਅੱਛੇ ਤਰੀਕੇ ਨਾਲ ਜਲਦੀ-ਜਲਦੀ ਬੰਦਾ ਪਲੇ ਕਰਵਾ ਲੈਂਦਾ ਇਹ ਬਾਈ ਮੇਰੇ ਦੋ ਪੈਕੇਟ ਨੇ ਜਿਹੜੇ ਮੈਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿੱਤੇ ਨੇ ਇਹਨਾਂ ਦੇ ਬਾਰੇ ਮੈਂ ਆਪਣੇ ਦੋਸਤਾਂ ਨਾਲ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਮੈਂ ਆਪਣੇ ਦੋਸਤਾਂ ਨਾਲ ਇਹ ਸ਼ੇਅਰ ਕਰਾਂਗਾ ਜੋ ਮੇਰੇ ਕੋਲ ਸੈੱਟ ਹੈਗਾ ਔਰ ਜੋ ਪਿਛਾ ਸਾਲ ਮੈਨੂੰ ਫਾਇਦਾ ਦਿੱਤਾ ਹੈ ਸੈੱਟ ਨੇ ਕਾਫੀ ਦੋਸਤਾਂ ਨੂੰ ਵੀ ਫਾਇਦਾ ਦਿੱਤਾ ਹੈ ਅੱਜ ਵੀ ਇਹ ਖੜਾ ਹੈ ਗਾਇਬ ਦੇ ਲਮ ਸਿਰਫ ਅੱਲਾਹ ਪਾਕ ਕੋਲ ਇਨਸਾਨ ਕੋਲ ਨਹੀਂ ਦਾ ਇਨਸਾਨ ਸਿਰਫ ਖਾਲੀ ਕੋਸ਼ਿਸ਼ ਕਰ ਸਕਦਾ ਹੈ ਅਗਰ ਅੱਲਾਹ ਬਿਹਤਰ ਜਾਣਦਾ ਹੈ ਜੋ ਵੀ ਹੋਣਾ ਹੈ ਉਹ ਰੱਬ ਬਿਹਤਰ ਜਾਣਦਾ ਸਾਡਾ ਕੰਮ ਸੀ ਅੱਛੀ ਰੂਟੀਨ ਅੱਛੀ ਸਰਚ ਆਪਣੇ ਦੋਸਤ ਆਪਣੇ ਭਾਈਆਂ ਦੇ ਸਾਹਮਣੇ ਰੱਖਣੀ ਉਹ ਮੈਂ ਰੱਖ ਦਿੱਤੀ ਏ ਇਹ 32 ਦਾ ਪੈਕੇਟ ਤੇ 802 ਦਾ ਪੈਕੇਟ ਇਹ ਲਿੰਕ ਆਪਾਂ ਓਪਨ ਹੀ ਲਾ ਸਕਨੇ ਆ ਕਿਉਂਕਿ ক্লোਸ ਸਿੰਗਲ 0 ਦਾ ਲੱਗਣਾ ਹੈ ਰੂਟੀਨ ਕਹਿ ਰਹੀ ਏ ਸੈਂਟਰ ਕੱਲਾ 2 ਦਾ ਲੱਗਣਾ ਹੈ ਇਹ ਵੀ ਰੂਟੀਨ ਕਹਿ ਰਹੀ ਏ ਮਿਡਲ 02 ਦੀ ਲਗਣੀ ਏ 38 ਤਾਂ ਆਪਣੇ ਕੋਲ ਲਿੰਕ ਏ ਇਹ ਓਪਨ ਲੱਗਣਗੇ ਤੇ ਮੈਂ ਆਪਣੇ ਦੋਸਤਾਂ ਨਾਲ ਜੋ ਅੱਛੇ ਤਰੀਕੇ ਨਾਲ ਚੀਜ਼ ਨਿਕਲ ਰਹੀ ਏ ਉਹ ਹੀ ਸ਼ੇਅਰ ਕੀਤੀ ਏ ਸੈੱਟ ਦੁਬਾਰਾ ਤੁਸੀਂ ਆਪ ਵੀ ਇਹਨੂੰ ਸਰਚ ਨਜ਼ਰ ਮਾਰਨੀ ਹੈ ਔਰ ਅੱਛੇ ਤਰੀਕੇ ਨਾਲ ਲੱਗ ਰਿਹਾ ਕਿੰਦਾ ਹੈ ਕਿ ਐਸ 3 8 ਤੋਂ ਵਗੈਰੇ ਇਥੇ ਮਡਰਾ ਨਹੀਂ ਕਰਨਾ ਐਸ ਜ਼ੀਰੋ ਦਾ ਕੱਲਾ ਕਲੋਜ਼ ਲੱਗਣਾ ਹੈ ਐ ਚੌਥਾ ਫਿੰਗਰ ਸੈਂਟਰ ਲੱਗਣਾ ਹੈ ਮੈਂ ਆਪਣੇ ਦੋਸਤਾਂ ਨਾਲ ਦੋ ਹੀ ਪੈਕਟਾਂ ਨਿਕਲੀਆਂ ਨੇ ਸ਼ੇਅਰ ਕਰ ਦਿੱਤੀਆਂ ਨੇ ਸੈਕੰਡ ਫਰਸਟ ਖੇਡੀਆਂ ਨੇ ਮੇਰੇ ਦੋਸਤਾਂ ਨੇ ਇਨਸ਼ਾਅੱਲਾ ਅੱਲਾ ਪਾਕ ਨੇ ਚਾਹਿਆ ਅਗਰ ਨਸੀਬ ਅੱਛੇ ਨਸੀਬ ਨੇ ਸਾਥ ਦਿੱਤਾ ਤੇ ਇਹਨਾਂ ਚੋ ਪੈਕਟ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਪਲੇ ਹੋਵੇਗੀ ਸੈਕੰਡ ਲੱਗੇ ਜਾਂ ਫਰਸਟ ਲੱਗੇ ਤੇ ਇਨਸ਼ਾਅੱਲਾ ਅਗਲੇ 1500 ਆਪਣੇ ਦੋਸਤਾਂ ਦੇ ਨਾਲ ਮੁਲਾਕਾਤ ਹੋਵੇਗੀ ਇਨਸ਼ਾਅੱਲਾ ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ ਭਾਈ ਅੱਲਾਹ ਹਾਫਿਜ਼